ਅਸਲਾਮ ਵਾਲੇਕੁਮ ਯਾਰ, ਗੱਲ ਜ਼ਰੂਰ ਸੁਣ ਕੇ ਜਾਇਓ, ਗੱਲ ਬੜੀ ਅਹਿਮ ਹੈ। ਇੱਕ ਬੰਦੇ ਦੇ ਨਾ ਦੋ ਪੁੱਤ ਹੁੰਦੇ ਨੇ, ਅਤੇ ਕਹਿੰਦਾ ਯਾਰ ਮੈਂ ਜਿਉਂਦੇ ਜਾਂਦੇ ਨਾ ਇਹਨਾਂ ਨੂੰ ਵੱਖਰੇ ਕਰ ਦਿਆਂ, ਕੱਲ੍ਹ ਨੂੰ ਉਹਨਾਂ ਵੇ ਲੜਦੇ ਰਹਿਣ, ਇਹਨਾਂ ਦੀਆਂ ਬੁੜੀਆਂ ਦੀ ਬਣਨ ਆਵੇ ਲੜਦੇ ਰਹਿਣ। ਅਤੇ ਯਾਰ ਗੱਲ ਕਰਨ ਦਾ ਮਕਸਦ ਇਹ ਕਿ ਤੁਸੀਂ ਇਹ ਦੁਨੀਆਦਾਰੀ ਦੀ ਗੱਲ ਹਕੀਕਤ 'ਤੇ ਸੁਣ ਕੇ ਜ਼ਰੂਰ ਜਾਣਾ। ਉਹ ਨਾ ਕਹਿੰਦਾ ਕਿ ਮੇਰੇ ਨਾ ਪੁੱਤਰਾਂ ਨੂੰ ਕਹਿੰਦਾ ਕਿ ਤੂੰ ਮੈਂ ਇਰਾਦਾ ਵੱਖਰੇ ਕਰਦਾ। ਪੁੱਤਰ ਕਹਿੰਦੇ ਠੀਕ, 10 ਉਹਦੀਆਂ ਪੈਲੀਆਂ ਹੁੰਦੀਆਂ, ਦੋਵਾਂ ਨੂੰ 5-5 ਦਿੰਦਾ ਹੈ, ਅਤੇ ਜਿਹੜੀ ਜਮ੍ਹਾਂ ਪੂੰਜੀ ਹੁੰਦੀ ਹੈ ਨਾ ਉਹਨੇ ਜੋ ਇੱਕ ਇੱਕ ਦੋ ਦੋ ਮੱਝਾਂ ਉਹਨਾਂ ਨੂੰ ਲੈ ਕੇ ਦੇ ਦਿੰਦਾ, ਅਤੇ ਜਿਹੜਾ ਨਾ ਦੂਸਰੀਆਂ ਹੁੰਦੀਆਂ 5-5 ਦਿੰਦਾ, ਅਤੇ ਜਿਹੜੀ ਦੂਜੀ ਹੈ ਪਰ ਉਹ 7-7 8-8 ਮਰਲੇ ਹੁੰਦਾ, ਦੋਵਾਂ ਨੂੰ ਅੱਧੋ ਅੱਧ ਕਰ ਦਿੰਦਾ, 7-7 8-8 ਮਰਲੇ ਤਕਰੀਬਨ ਦੋਵਾਂ ਨੂੰ ਅੱਧਾ ਅੱਧਾ ਕਰ ਦਿੰਦਾ ਹੈ ਕਰਕੇ, ਅਤੇ ਦੇ ਦਿੰਦਾ। ਅਤੇ ਆਪ ਜਿਹੜਾ ਨਾ ਮਾਂ ਪਿਓ ਸੋਚਦਾ ਕਿ ਜਿਹੜਾ ਪੁੱਤ ਸੁੱਖ ਸਹੀ ਰੱਖੇਗਾ ਉਹਦੇ ਨਾਲ ਰਵਾਂ, ਮਾਂ ਪਿਓ ਵੱਡੇ ਨਾਲ ਰਹਿਣ ਲੱਗ ਪੈਂਦਾ। ਜਦੋਂ ਮਾਂ ਪਿਓ ਵੱਡੇ ਨਾਲ ਰਹਿਣ ਲੱਗ ਪੈਂਦਾ ਨਾ, ਵੱਡੀ ਨੂੰਹ ਸੀ ਨਾ ਉਹ ਭਲਾਈ ਕੀ ਕਰਦੀ, ਉਹਨੇ ਜਦੋਂ ਰੋਟੀ ਪਕਾਉਣੀ ਜਿੱਥੇ ਦੋਵਾਂ ਦੀ ਜ਼ਰੂਰਤ, ਉਹਨੇ ਦੋ ਪਕਾਉਣੀ, ਜਿੱਥੇ ਉਹਨੇ ਆਂਡੀ ਪਕਾਉਣੀ, ਜਿੱਥੇ ਆਂਡੀ ਦੇ 'ਚ ਅੱਧਾ ਕਿਲੋ ਜ਼ਰੂਰਤ ਹੈ ਅੱਧਾ ਕਿਲੋ ਪਕਾਉਣੀ ਹੈ, ਜਿੱਥੇ ਉਹਨੂੰ ਲੋੜ ਜਿਹੜੀ ਸ਼ੈ ਦੀ ਵੀ ਉੱਥੇ ਉੱਨੀ ਉੱਨੀ ਸ਼ੈ ਰੱਖਣੀ ਨਾਪ ਤੋਲ, ਉਹਨੇ ਇਹ ਨਹੀਂ ਵੱਧ ਨਹੀਂ ਪਕਾਉਣੀ ਘੱਟ ਨਹੀਂ ਪਕਾਉਣੀ ਬਰਾਬਰ। ਜੇ ਅਗਰ ਕੋਈ ਚੀਜ਼ ਵੱਧ ਗਈ ਹੈ ਉਹਨੇ ਜਾ ਕੇ ਅਤੇ ਛੱਤ 'ਤੇ ਜਾਨਵਰਾਂ ਨੂੰ ਪਾ ਦੇਣੀ ਕਿ ਜਾਨਵਰ ਇਹ ਚੀਜ਼ ਖਾ ਲੈਣ। ਅਤੇ ਜਿਹੜੀ ਛੋਟੀ ਨੂੰਹ ਹੁੰਦੀ ਨਾ, ਛੋਟੀ ਨੂੰਹ ਜਿਹੜੀ ਉਹ ਪਲਾਗੀ ਕਰਦੀ, ਉਹਨੇ ਕਰਨਾ ਜਿਹੜਾ ਖਾਣਾ ਪਕਾਉਣਾ ਫਿਰ ਤੁੱਕਾ ਪਕਾਈ, ਉਹਨਾਂ ਜਿਹੜੀ ਵੱਧ ਘੱਟ ਸ਼ਾਇਦ ਜਿਵੇਂ ਉਹਦੇ ਹੱਥ ਆਈ, ਉਹਨੇ ਰੋਟੀਆਂ 10-10 ਪਕਾ ਲਈਆਂ, ਹਾਂਡੀ 1/2 ਕਿਲੋ ਦੀ ਲੋੜ 2-2 ਕਿਲੋ ਪਕਾ ਦਿੱਤੀ, ਉਹਨੇ ਐਵੇਂ ਪਕਾ ਕੇ ਆਪਣਾ ਜਿਹੜਾ ਉਹਨੇ ਉਵੇਂ ਆਪਣਾ ਜਿਹੜਾ ਜ਼ਾਇਆ ਕਰਦਾ ਰਹਿਣਾ ਰਿਜ਼ਕ। ਜਿਹੜਾ ਬਚਣੀ ਚੀਜ਼ ਉਹਨੇ ਨਾ ਉਹ ਚੀਜ਼ਾਂ ਸਾਰੀਆਂ ਇਹਨਾਂ ਉਹਨੇ ਉਹ ਸਾਰੀਆਂ ਚੀਜ਼ਾਂ ਨਾ ਸੁੱਠੀ ਹੋਣੀਆਂ, ਪਾਣੀ 'ਚ ਨਹਿਰ 'ਚ ਲੱਗ ਗਏ ਉਹਦੇ ਵਿੱਚ ਸੁੱਟ ਦੇਣੀਆਂ, ਜਿਵੇਂ ਉਹਦਾ ਰਿਜ਼ਕ ਸੀ ਨਾ ਸਾਰਾ ਉਹਨੇ ਜ਼ਾਇਆ ਕਰੀ ਰੱਖਣਾ। ਅਤੇ ਉਵੇਂ ਹੀ ਉਹ ਆਪਣਾ ਵਕਤ ਗੁਜ਼ਾਰਦੀ ਰਹੀ, ਕੁਛ ਅਰਸਾ ਗੁਜ਼ਰਿਆ, ਅਤੇ ਜਿਹੜਾ ਵੱਡਾ ਭਾਈ ਸੀ ਨਾ ਉਹਨੇ ਨਾ 3-4 ਪੈਲੀਆਂ ਬਣਾ ਲਈਆਂ, ਕੋਈ ਹੋਰ ਮਾਲ ਡੰਗਰ ਬਣਾ ਲਿਆ, ਘਰ ਚੰਗਾ ਬਣਾ ਲਿਆ। ਅਤੇ ਉਹਨੂੰ ਨਿੱਕੀ ਜਿਹੜੀ ਵੱਡੇ ਆਪਣੇ ਬੰਦੇ ਨੂੰ ਆਉਂਦੀ, ਇਹਨੇ ਇੰਨਾ ਪੈਸਾ ਕਿੱਥੋਂ ਲੈ ਲਏ, ਇਹਨੇ ਸਾਰਾ ਕੁਛ ਤੇਰੇ ਨਾਲ ਹੀ ਬਣਾਇਆ, ਤੇਰੇ ਜਿੰਨੀ ਪੈਲੀ ਵਾਹੀ ਕਰਦਾ, ਇਹਦੇ ਕੋਈ ਇੰਨਾ ਕੁਛ ਕਿੱਥੋਂ ਆ ਗਿਆ। ਉਹ ਵੀ ਕਹਿੰਦਾ ਯਾਰ ਵਾਕਈ ਉਹ ਸੋਚੀ ਪਿਆ, ਅਗਲੇ ਦਿਨ ਉਹ ਨਾ ਦੋਵੇਂ ਜੀ ਉੱਧਰ ਆ ਗਏ ਅਤੇ ਕਹਿੰਦੇ ਅੱਬਾ ਤੂੰ ਸਹੀ ਨਹੀਂ ਕੀਤਾ ਸਾਡੇ ਨਾਲ, ਤੂੰ ਨਾ ਜਿਹੜਾ ਸੀ ਨਾ ਜਮ੍ਹਾਂ ਪੂੰਜੀ ਸਾਨੂੰ ਨਹੀਂ ਦਿੱਤੀ, ਇਹਨੂੰ ਦੇ ਦਿੱਤੇ ਸਾਰੇ ਪੈਸੇ ਸਾਨੂੰ ਨਹੀਂ ਦਿੱਤੇ। ਉਹ ਕਹਿੰਦਾ ਮੇਰੇ ਕੋਲ ਕਿਹੜੀ ਜਮ੍ਹਾਂ ਪੂੰਜੀ ਜਿਹੜੀ ਹੈ ਸੀ, ਮੈਂ ਤਾਂ ਤੁਹਾਨੂੰ ਦੇ ਦਿੱਤੀ ਸੀ, ਤੁਹਾਨੂੰ ਦਿੱਤਾ ਸਾਰਾ ਕੁਛ, ਮੈਂ ਕਿੱਥੇ ਦੇਣਾ ਸੀ, ਤੁਹਾਨੂੰ ਹੀ ਸਾਰਾ ਕੁਛ ਦਿੱਤਾ ਹੈ ਅਤੇ ਵੰਡ ਕੇ ਦਿੱਤਾ ਹੈ। ਉਹਨੇ ਕਿਹਾ ਨਹੀਂ ਅੱਬਾ ਤੂੰ ਸਹੀ ਨਹੀਂ ਕੀਤਾ, ਤੂੰ ਵੰਡ ਕੇ ਨਹੀਂ ਦਿੱਤਾ। ਉਹਨੇ ਕਿਹਾ ਅੱਛਾ। ਉਹਨੇ ਦੇਰ ਨੂੰ ਨਾ ਉਹ ਜਿਹੜੀ ਉਹਨੇ ਬੁੱਢੀ ਜਿਹੜੀ ਵੱਡੇ ਦੀ ਉਹ ਬੋਲੀ, ਉਹਨੇ ਕਿਹਾ ਮੈਂ ਦੱਸਦੀ ਇਹਦੇ 'ਚ ਕੀ ਹੈ ਵੀ ਅਸੀਂ ਇੰਨਾ ਕੁਛ ਕਿਵੇਂ ਬਣਾ ਲਿਆ ਜਿੱਦਾਂ ਤੁਸੀਂ ਪੁੱਛਦੇ ਪਏ। ਉਹਨੇ ਕਿਹਾ ਇੰਨਾ ਕੁਛ ਮੈਂ ਇੰਝ ਬਣਾ ਲਿਆ ਕਿ ਮੈਂ ਜਿਹੜਾ ਸੀ ਰਿਜ਼ਕ ਜ਼ਾਇਆ ਨਹੀਂ ਸੀ ਕਰਦੀ, ਮੈਂ ਰਿਜ਼ਕ ਜਿਹੜਾ ਨਾ ਜਿੰਨੇ ਦੀ ਲੋੜ ਉਹਨਾਂ ਇਸਤੇਮਾਲ ਕਰਦੀ ਸੀ। ਅਤੇ ਇਹ ਜਿਹੜੇ ਤੈਨੂੰ ਮੈਂ ਵੇਖਿਆ ਜਿੰਨਾ 10-10 ਰੋਟੀਆਂ ਦੀ ਦੋਵਾਂ ਦੀ ਲੋੜ, ਤੂੰ 8-8 ਪਕਾ ਕੇ, ਜੇ ਸਾਲਣ 1/2 ਕਿਲੋ ਦੀ ਲੋੜ ਤੂੰ 2-2 ਕਿਲੋ ਪਕਾ ਕੇ, ਅਤੇ ਜਿਹੜਾ ਜ਼ਾਇਆ ਹੁੰਦਾ ਸੀ ਨਹਿਰ 'ਚ ਸੁੱਟ ਦਿੰਦੀ ਸੀ। ਤੂੰ ਰਿਜ਼ਕ ਜ਼ਾਇਆ ਬਹੁਤ ਕੀਤਾ ਅਤੇ ਰਿਜ਼ਕ ਦੀ ਕਦਰ ਨਹੀਂ ਕੀਤੀ, ਅਤੇ ਇਸ ਵਜ੍ਹਾ ਤੋਂ ਤੈਨੂੰ ਅੱਲਾਹ ਤਾਲਾ ਨੇ ਰਿਜ਼ਕ 'ਚ ਜਿਹੜਾ ਨਾ ਇੰਨਾ ਕੁ ਦਿੱਤਾ ਕਿ ਜਿੰਨਾ ਕੁ ਤੁਸੀਂ ਰੱਖੋ, ਅਤੇ ਅੱਲਾਹ ਨੇ ਸਾਡੇ ਰਿਜ਼ਕ 'ਚ ਇਜ਼ਾਫਾ ਕੀਤਾ ਅਤੇ ਸਾਨੂੰ ਅੱਲਾਹ ਦੀ ਮਿਹਰਬਾਨੀ ਨਾਲ ਸਾਡਾ ਇਜ਼ਾਫਾ ਹੋ ਗਿਆ। ਅਤੇ ਯਾਰ ਇਹ ਵੀਡੀਓ ਸੁਣਨ ਦੇ ਦੱਸ ਕੇ ਇਹ ਤਾਂ ਮਕਸਦ ਇਹ ਸੀ ਕਿ ਤੁਸੀਂ ਨਾ ਇਸ ਵੀਡੀਓ ਤੋਂ ਸੁਣ ਕੇ ਅਤੇ ਅੱਗੇ ਵੀ ਫੈਲਾਓ ਕਿ ਅੱਗੇ ਲੋਕ ਸੁਣਨ, ਰਿਜ਼ਕ ਦੀ ਕਦਰ ਕਰਨੀ ਚਾਹੀਦੀ, ਰਿਜ਼ਕ ਨੂੰ ਜ਼ਾਇਆ ਨਹੀਂ ਕਰਨਾ ਚਾਹੀਦਾ। ਅਤੇ ਦੂਜੇ ਨੰਬਰ 'ਤੇ ਯਾਰ ਚੈਨਲ ਸਬਸਕ੍ਰਾਈਬ ਕਰ ਦਿਓ, ਵੀਡੀਓ ਲਾਈਕ ਕਰ ਦਿਓ, ਅਤੇ ਅਗਲੀ ਵੀਡੀਓ